ਦੀ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟਸ ਪਾਕਿਸਤਾਨ ਦੇ ਜ਼ੇਰੇ ਇਹਤਮਾਮ ਤਕਸੀਮ ਅਸਨਾਦ ਤੇ ਗੋਲਡ ਮੈਡਲ ਤਕਰੀਬ ਦਾ ਇਨੇਕਾਦ ਕੀਤਾ ਗਿਆ। ਮਹਿਮਾਨ ਖਸੂਸੀ ਵਿਫਾਕੀ ਵਜ਼ੀਰ ਖਜ਼ਾਨਾ ਡਾਕਟਰ ਅਬਦੁਲ ਹਫੀਜ਼ ਸ਼ੇਖ ਨੇ ਇਸ ਮੌਕੇ ਤੇ ਖਿਤਾਬ ਕਰਦਿਆਂ ਕਿਹਾ ਕਿ ਜਿਹੜੇ ਲੋਕਾਂ ਨੇ ਇਸ ਮੁਲਕ ਤੋਂ ਸਭ ਤੋਂ ਜ਼ਿਆਦਾ ਪਾਇਆ ਉਹ ਹੀ ਸਭ ਤੋਂ ਜ਼ਿਆਦਾ ਨੁਕਤਾਚੀਨੀ ਕਰਦੇ ਨੇ। ਮੁਆਸ਼ਰੇ ਦੀਆਂ ਖਰਾਬੀਆਂ ਠੀਕ ਕਰਨਾ ਸਾਡੀ ਇਜਤਮਾਈ ਜ਼ਿੰਮੇਦਾਰੀ ਹੈ। ਹਰ ਆਦਮੀ ਮੌਕੇ ਕੀ ਤਲਾਸ਼ ਮੇਂ ਹੋਤਾ ਹੈ ਕਿ ਪਾਕਿਸਤਾਨ ਔਰ ਉਸਕੇ ਕਿਸੀ ਵੀ ਇਦਾਰੇ ਕੋ ਉਸ ਪੇ ਨੁਕਤਾਚੀਨੀ ਕੀ ਜਾਏ। ਮੇਰੇ ਖਿਆਲ ਮੈਂ ICAP ਇਜ਼ ਅ ਸ਼ਾਈਨਿੰਗ ਐਗਜ਼ਾਮਪਲ। ਸਾਥ ਹੀ ਸਾਥ ICAP ਜੋ ਹੈ ਹੈਜ਼ ਬਿਨ ਪ੍ਰੋਵਾਈਡਿੰਗ ਐਡਵਾਈਜ਼ਰੀ ਵਰਕ ਔਨ ਇਕਨੋਮਿਕ ਪਾਲਿਸੀਜ਼। ਆਪਣੇ ਮਦਦ ਕੀ ਹੈ ਇਕਨੋਮਿਕ ਪਾਲਿਸੀਜ਼ ਬਣਾਨੇ ਮੇਂ ਔਰ ਬਜਟ ਕੇ ਸਿਲਸਿਲੇ ਮੇਂ ਔਰ ਟੈਕਸ ਕੇ ਸਿਲਸਿਲੇ ਮੇਂ। ਤੋ ਜੋ ਚੀਜ਼ੇ ਵੀ ਦਰੁਸਤ ਨਹੀਂ ਜਾ ਰਹੀ ਉਸਮੇਂ ਆਪਕਾ ਵੀ ਹਿੱਸਾ ਹੈ। ਬਟ ਰੀਅਲੀ ਯੂ ਹੈਵ ਬੀਨ ਅ ਬਿਗ ਸੋਰਸ ਆਫ ਹੈਲਪ ਨਾਟ ਜਸਟ ਟੂ ਗਵਰਨਮੈਂਟ ਬਟ ਟੂ ਦਿ ਸਟੇਟ ਬੈਂਕ ਐਂਡ SEC ਐਂਡ FBR ਐਂਡ ਸੋ ਔਨ। ਕੀਨੋਟ ਸਪੀਕਰ ਨਸਟ ਬਿਜ਼ਨਸ ਸਕੂਲ ਦੇ ਡੀਨ ਡਾਕਟਰ ਅਸ਼ਫਾਕ ਹਸਨ ਖਾਨ ਨੇ ਇਸ ਮੌਕੇ ਤੇ ਕਿਹਾ ਕਿ ਕੌਮੀ ਮਫਾਦ ਤੇ ਜ਼ਾਤੀ ਮਫਾਦ ਨੂੰ ਤਰਜੀਹ ਦਿੱਤੀ ਜਾਵੇ ਤੇ ਤਰੱਕੀ ਕੀਤੀ ਜਾ ਸਕਦੀ ਹੈ। ਜਦੋਂ 141 ਮਮਾਲਿਕ ਵਿੱਚ RGST ਦੀ ਤਰਜ਼ ਤੇ ਟੈਕਸ ਨਾਫਿਸ ਹੋ ਸਕਦੇ ਨੇ ਤੇ ਇੱਥੇ ਕਿਉਂ ਨਹੀਂ। ਤਕਰੀਬ ਦਾ ਮਕਸਦ 2008, 2009 ਤੇ 2010 ਦੇ ਗ੍ਰੈਜੂਏਟ ਤੇ ਆਲਾ ਕਾਮਯਾਬੀ ਹਾਸਲ ਕਰਨ ਵਾਲੇ ਤਲਬਾ ਨੂੰ ਇਜਾਜ਼ ਦੇਣਾ ਸੀ। ਪਹਿਲੀ ਤਿੰਨ ਪੋਜੀਸ਼ਨਾਂ ਤੇ ਆਉਣ ਵਾਲੇ ਤਲਬਾ ਨੂੰ ਗੋਲਡ ਮੈਡਲ, ਜਦਕਿ 8 ਨੁਮਾਇਆ ਕਾਮਯਾਬੀ ਹਾਸਲ ਕਰਨ ਵਾਲੇ ਤਲਬਾ ਨੂੰ ਡਾਕਟਰ ਅਬਦੁਲ ਹਫੀਜ਼ ਸ਼ੇਖ ਨੇ ਅਸਨਾਦ ਤੋਂ ਨਵਾਜ਼ਿਆ। ਬਹੁਤ ਐਕਸਾਈਟਡ ਫੀਲ ਕਰ ਰਹਾ ਹਾਂ, ਬਹੁਤ ਆਨਰਡ ਫੀਲ ਕਰ ਰਹਾ ਹਾਂ ਕਿ ਇਤਨੀ ਮਿਹਨਤ ਕੇ ਬਾਅਦ ਇੱਕ ਅਚੀਵਮੈਂਟ ਮਿਲੀ ਹੈ ਜੋ ਕਿ ICAP ਕੀ ਕੁਆਲੀਫਿਕੇਸ਼ਨ ਹੈ। ਔਰ ਮੈਂ ਆਪਣੇ ਟੀਚਰਸ ਔਰ ਸਭ ਕੋ ਥੈਂਕ ਯੂ ਵੀ ਕਰਨਾ ਚਾਹਤਾ ਹੂੰ ਔਰ ਆਪਣੇ ਪੇਰੈਂਟਸ ਕੋ ਜਿਨ ਕੀ ਵਜ੍ਹਾ ਸੇ ਆਜ ਮਤਲਬ ਮੈਂ ਇਹ ਸਰਟੀਫਿਕੇਟ ਲੈ ਸਕਾ ਹੂੰ। ਨੋਰਮਲੀ ਐਸੇ ਇਵੈਂਟਸ ਹੋਤੇ ਨਹੀਂ ਹੈ ICAP ਕਾ, ਆਈ ਥਿੰਕ ਇਟ ਵਾਸ ਦ ਫਰਸਟ ਟਾਈਮ, ਸੋ ਇਟ ਵਾਸ ਵੈਰੀ ਨਾਈਸ। ਇਟ ਵਾਸ ਅ ਵੈਰੀ ਲੌਂਗ ਟਾਈਮ ਐਕਚੁਅਲੀ, ਸੋ ਤਕਰੀਬ ਵਿੱਚ ICAP ਦੇ ਸਦਰ ਸ਼ੇਖ ਸਾਕਿਬ ਮਸੂਦ, ਨਾਇਬ ਸਦਰ ਹਾਫਿਜ਼ ਯੂਸਫ ਤੇ ਦੀਗਰ ਵੀ ਮੌਜੂਦ ਸਨ। ਕੈਮਰਾਮੈਨ ਹਾਰੂਨ ਮੁਗਲ ਦੇ ਨਾਲ ਹਮਾਦ ਬਲਗਾਰੀ, ਅਪਣਾ ਨਿਊਜ਼, ਇਸਲਾਮਾਬਾਦ।